ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਨਾਮ ਦੱਸੋ ਜੀ ਪਹਿਲਾਂ। ਠੀਕ ਹੈ, ਪਿੰਡ ਜੀ? ਤਰਵੰਡੀ ਭਾਈ ਜੀ। ਅਤੇ ਜ਼ਿਲ੍ਹਾ ਫਿਰੋਜ਼ਪੁਰ? ਹਾਂਜੀ ਜੀ। ਝੋਟੀ ਸੇਲ ਹੈ ਜੀ ਇਹ? ਸੇਲ ਹੈ ਜੀ। ਠੀਕ ਹੈ ਜੀ। ਅਤੇ ਕਿੰਨੇ ਸੂਏ ਜੀ ਇਹ? ਤੀਜੇ ਸੂਏ ਸੋਨਾ ਆਪਣੇ। ਅੱਛਾ, ਤੀਜੇ ਸੋਨਾ ਸੋਨਾ ਜੀ। ਠੀਕ ਠੀਕ ਹੈ ਜੀ, ਠੀਕ ਹੈ। ਅਤੇ ਇਸ ਟਾਈਮ ਕੱਪੜਾ ਜੀ ਇਹ? ਕੱਪੜਾ ਜੀ। ਅਤੇ ਕਿੰਨੇ ਟਾਈਮ ਰਹਿ ਗਿਆ ਵੀਰ ਜੀ ਨੂੰ? 16 ਤਰੀਕ ਨੂੰ ਦਿਨ ਪੂਰੇ ਆ ਜੀ। 16 ਤਰੀਕ ਨੂੰ ਦਿਨ ਦੋ? ਹਾਂ, 16 ਦਿਨ ਪੂਰੇ। ਠੀਕ, ਇਹ ਉਹੀ ਝੋਟੀ ਜਿਹੜੀ ਤੁਸੀਂ ਪਹਿਲੇ ਵੀ ਇੱਕ ਵਾਰੀ ਕਿਹਾ ਸੀਗਾ ਆਪਾਂ ਵੇਚਣੀ ਨਹੀਂ? ਹਾਂ ਜੀ। ਠੀਕ ਹੈ, ਹੁਣ ਮਤਲਬ ਕਿ ਚਲੋ ਡੰਗਰ ਵਾਹਵਾ ਹੋ ਗਏ ਸੁੱਕਣਾ ਤੁਹਾਡੇ ਤਾਂ ਕਰਕੇ। ਤਿਆਰ ਆ ਜੀ। ਠੀਕ ਠੀਕ ਹੈ ਜੀ, ਠੀਕ ਹੈ। ਅਤੇ ਵੀਰ ਜੀ, ਫਿਰ ਪਿਛਲੇ ਸੂਏ ਦੁੱਧ ਕਿੰਨਾ ਕੱਢਿਆ ਜੀ ਨੇ? 18 ਲੀਟਰ ਕੱਢਿਆ ਜੀ ਦੁੱਧ। ਅੱਛਾ, 18 ਲੀਟਰ ਕੱਢਿਆ ਜੀ। ਹਾਂ ਜੀ। ਇਹ ਤੁਸੀਂ ਇੱਥੋਂ ਲਈ ਇੱਥੋਂ ਸੀ ਕਿ ਬਾਹਰੋਂ ਲੈ ਕੇ ਆਉਂਦੇ ਸੀ? ਨਹੀਂ ਨਹੀਂ, ਪਹਿਲਾਂ ਲਈ ਸੀ ਆਪਾਂ, ਪਹਿਲੇ ਸੂਏ ਲਈ ਸੀ। ਅੱਛਾ, ਪਹਿਲੇ ਸੂਏ ਲਈ ਜੀ। ਅਤੇ ਪਹਿਲੇ ਸੂਏ ਦੁੱਧ ਕਿੰਨਾ ਕੱਢਿਆ ਜੀ ਨੇ? ਪਹਿਲੇ ਸੂਏ 14 ਲੀਟਰ। 14 ਲੀਟਰ, ਦੂਜੇ ਸੂਏ 18 ਲੀਟਰ ਕੱਢਿਆ। ਅਤੇ ਇਸ ਤੀਜਾ ਸੋਹਣੀ ਆ? ਤੀਜੇ ਸੋਹਣੀ। ਠੀਕ ਹੈ। ਅਤੇ ਫਿਰ ਐਰ ਕੀ ਉਮੀਦ ਹੈ ਜੀ ਫਿਰ ਤੁਹਾਨੂੰ? 20 ਮਿੰਟ ਦਾ? ਹਾਂ ਜੀ। ਹਾਂ, ਤਾਂ ਦੇਣਾ ਜਿਹੜੇ ਸਾਨੂੰ ਤੁਸੀਂ ਕਹਿੰਦੇ ਆ, ਮਤਲਬ ਕਿ 16 ਤਰੀਕ ਨੂੰ ਦੇਣਾ, 10 ਮਹੀਨੇ ਪੂਰੇ ਹੋਣੇ ਆ ਉੱਪਰ। ਹਾਂ ਜੀ, ਠੀਕ ਹੈ ਜੀ। ਅਤੇ ਚੁਆਈ ਜੋ ਵੀਰ ਜੀ, ਉਹਦੇ ਦੀ ਚੁਆਈ ਔਖੀ ਆ ਵੀਰ? ਬਿਲਕੁਲ ਸਾਫ਼ ਹੈ ਜੀ। ਹਾਂ ਜੀ। ਥਾਂ ਥਾਂ ਪੂਰੇ ਆ, ਬਿਲਕੁਲ ਪੂਰੇ ਔਖੇ। ਠੀਕ। ਇਹ ਸਿੰਘ ਸਕੂਲ ਦਾ ਸੋਹਣਾ ਆ ਗਿਆ ਜੀ। ਹਾਂ ਜੀ, ਹਾਂ ਵੀਰ ਜੀ, ਮਾੜਾ ਤੋਰਾ ਜੀ ਇਹਨੂੰ। ਖੁਰਾਕ ਨੂੰ ਫਿਰ ਕੀ ਪਾਈ ਜਾਂਦੇ ਜੀ? ਮਾੜੀ ਮੋਟੀ ਜੀ ਪੀੜ ਜਿਹੜੀ ਪਾਈ ਜਾਂਦੇ ਨਾਲ ਉਹੀ ਪਾਈ ਜਾਂਦੇ। ਘੁਮਾਇਆ ਜੀ, ਹੌਲੀ ਹੌਲੀ ਹੌਲੀ। ਕੋਈ ਨਹੀਂ ਕੋਈ ਨਹੀਂ, ਡਰ ਜਾਂਦਾ ਕਈ। ਠੀਕ ਹਾਂ ਜੀ। ਫਿਰ ਮੁੱਲ ਮੁੱਲ ਕੀ ਕਰਦੇ ਜਾਂਦਾ ਹੈ ਜੀ? 1,60,000 ਰੁਪਏ। ਅਤੇ ਫਿਰ ਦੇਣੀ ਕਿੱਥੇ ਤੋਂ ਕਰੇ ਜੀ? ਮਾੜਾ ਮੋਟਾ ਕਰਾਂਗੇ। ਮਾੜਾ ਮੋਟਾ ਕਰਾਂਗੇ। ਠੀਕ, ਚਲੋ ਫਿਰ ਵੀਰ ਜੀ, ਨੰਬਰ ਬੋਲੋ ਜੀ ਆਪਦਾ। 93781। ਠੀਕ ਹੈ ਜੀ, 2599। ਇੱਕ ਵਾਰ ਫਿਰ ਬੋਲ ਦਿਓ ਜੀ। 93781। ਠੀਕ ਹੈ ਜੀ, 2599। ਠੀਕ ਹੈ, ਚਲੋ ਕੋਈ ਫਿਰ ਜਿਹਨੇ ਲੈਣੀ ਹੋਵੇ ਤੁਹਾਨੂੰ ਕੰਟੈਕਟ ਕਰ ਸਕਦਾ। ਹਾਂਜੀ, ਚਲੋ ਹੁਣ ਮਾਨਤਾ ਕਿਸੇ ਦੇ ਕਰ ਦਿਓ ਜੇ ਕੋਈ ਆਵੇ ਤਾਂ। ਹਾਂਜੀ, ਬਾਕੀ ਝੂਠੀ ਤੁਹਾਡੀ ਠੀਕ ਆ, ਰੱਖੀ ਹੈ ਜੀ। ਹਾਂਜੀ, ਠੀਕ ਹੈ ਜੀ ਵੀਰ ਜੀ।